ਸਤਿ ਸ਼੍ਰੀ ਅਕਾਲ ਜੀ ਨਕੁੱਦ ਨਿਊਜ਼ ਰਿਪੋਰਟ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਅੱਜ ਅਸੀਂ ਕਿਸਾਨੀ ਸੰਘਰਸ਼ ਦੀਆਂ ਗੱਲਾਂ ਕਰਾਂਗੇ ਅੱਜ ਸਾਡੇ ਨਾਲ ਮਹਿਮਾਨ ਨੇ ਜਿਨ੍ਹਾਂ ਨੇ ਪੱਤਰਕਾਰੀ ਦੇ ਵਿੱਚ ਬਹੁਤ ਹੀ ਨਾਮਨਾ ਕਟਿਆ ਤੇ ਇਲਾਕੇ ਦੇ ਵਿੱਚ ਆਪਣਾ ਪੂਰਾ ਨਾਮ ਕਮਾਇਆ ਤੇ ਪੱਤਰਕਾਰੀ ਦੇ ਵਿੱਚ ਚੰਗੀ ਜਿਹੜੀ ਜਾਣ ਪਛਾਣ ਬਣਾਈ ਆ ਸਾਡੇ ਨਾਲ ਨੇ ਅੱਜ ਅਮਰਜੀਤ ਸਿੰਘ ਸਿੱਧੂ ਜੀ ਨਾਥਾਣਾ ਤੋਂ ਸਵਾਗਤ ਹੈ ਜੀ ਹਾਂ ਜੀ ਅੱਜ ਆਪਾਂ ਕੁਝ ਜਿਹੜੀਆਂ ਕਿਸਾਨੀ ਸੰਘਰਸ਼ ਬਾਰੇ ਗੱਲਬਾਤ ਕਰਾਂਗੇ ਉਹਨਾਂ ਜਿਹੜਾ ਮੇਰਾ ਪਹਿਲਾ ਸਵਾਲ ਹੈ ਕਿਸਾਨੀ ਅੰਦੋਲਨ ਨੂੰ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਵੇਖੋ ਜਿਹੜਾ ਕਿਸਾਨੀ ਅੰਦੋਲਨ ਹੈ ਇਹ ਜਿਹੜੀਆਂ ਕਿਸਾਨਾਂ ਦੀ ਕਾਫੀ ਸਮੇਂ ਤੋਂ ਲੜਕੀਆਂ ਮੰਗਾਂ ਸੀ ਉਹਦੀ ਗਾਇਬ ਗਾਇਤਾ ਇਸ ਤਰ੍ਹਾਂ ਗਲਦਰੰਦ ਸੀ ਜ਼ਿਲ੍ਹਾ ਪੱਧਰ ਤੇ ਬਲੌਗ ਪੱਧਰ ਤੇ ਪਰ ਜਦੋਂ ਮੋਦੀ ਸਰਕਾਰ ਨੇ ਇਹ ਖੇਤੀ ਕਾਨੂੰਨ ਲਿਆਂਦੇ ਤਿੰਨ ਤਾਂ ਲੋਕਾਂ ਨੂੰ ਵੀ ਲੱਗਿਆ ਵੀ ਇਸ ਤਰ੍ਹਾਂ ਜਿਹੜਾ ਸਾਡੇ ਕਿਸਾਨਾਂ ਨੂੰ ਕਿਰ ਰੁਜ਼ਗਾਰ ਦਾ ਮੁੱਖ ਸਾਧਨ ਹੈ ਉਹ ਖੁੱਸ ਜੂਗਾ ਉਹਦੇ ਬਹੁਤ ਕੌਮੀ ਕੰਪਨੀਆਂ ਕਬਜਾ ਕਰ ਲੈਣਗੀਆਂ ਤਾਂ ਇਸ ਕਰਕੇ ਇਹ ਇਸੇ ਵਪਾਰਕ ਰੂਪ ਵਿੱਚ ਇਹ ਉਸ ਬਾਦ ਸਾਹਮਣੇ ਆਇਆ ਜਿਵੇਂ ਇਸ ਤਰ੍ਹਾਂ ਅੰਦੋਲਨ ਤੁਸੀਂ ਪਹਿਲਾਂ ਕਦੇ ਦੇਖਿਆ ਤੁਹਾਡੀ ਜ਼ਿੰਦਗੀ ਦੇ ਵਿੱਚ ਜਾਂ ਕੋਈ ਤੁਹਾਡੀ ਪੱਤਰਕਾਰੀ ਦੇ ਵਿੱਚ ਵੀ ਤੁਸੀਂ ਅਜਿਹਾ ਅੰਦੋਲਨ ਦੀ ਕਵਰੇਜ ਕੀਤੀ ਹੋਵੇ ਕਵਰੇਜ ਤੋਂ ਇਲਾਵਾ ਵੈਸੇ ਹੋਏ ਜਿਲ੍ਹਾ ਪੱਧਰ ਤੇ ਕਿ ਕਿਸਾਨੀ ਸੰਘਰਸ਼ ਹੋਏ ਕਿ ਕਿਰਤੀ ਕਿਸਾਨ ਯੂਨੀਅਨ ਦਾ ਬੜਾ ਵੱਡਾ 1976 ਦੇ ਵਿੱਚ ਹੋਇਆ ਸੀ ਮਠੰਡੇ ਵਿੱਚ ਉਦੋਂ ਟਰੈਕਟਰਾਂ ਦੀ ਬੜੀ ਭੰਨ ਤੋੜ ਹੋਈ ਸੀ ਤੇ ਉਹ ਪਰੇ ਮੀ ਲੋਕਾਂ ਚ ਇੱਕ ਚਿੰੰਗ ਉਹ ਉਹਨਾਂ ਨੇ ਸਰਗਰਸ਼ਾਂ ਨੇ ਪਾਈ ਕਿ ਇਸ ਤਰ੍ਹਾਂ ਆਪਣੇ ਮੰਗਾਂ ਲਈ ਜਿਹੜਾ ਹੈ ਵੀ ਲੜਿਆ ਜਾ ਸਕਦਾ ਹੈ ਜਾਂ ਕੋਈ ਮਨਵਾਇਆ ਜਾ ਸਕਦਾ ਹੈ ਭਾਵੇਂ ਜਿਹੜੀ ਉਦੋਂ ਹਿੰਸਕ ਰੂਪ ਧਾਰ ਕੇ ਗੱਲ ਕੋਈ ਨਹੀਂ ਗੱਲ ਸਿਰੇ ਲੱਗੀ ਤਾਂ ਜਿਹੜੇ ਕਿਸਾਨੀ ਆਪਣੇ ਹੈਗੇ ਆਗੂ ਕਈ ਵਾਰੀ ਉਹਨਾਂ ਦੇ ਪਿੱਤੋਂ ਬਾਹਰ ਹੋ ਜਾਂਦੀ ਹੈ ਗੱਲ ਤੇ ਪਰ ਲੋਕ ਲੜਦੇ ਰਹਿੰਦੇ ਆਪਣੀਆਂ ਗੱਲਾਂ ਬਾਤ ਮੰਗਾਂ ਲਈ ਚੰਦਨ ਜੀ ਜਿਵੇਂ ਸਰਕਾਰ ਦਾ 10 11 ਜਿਹੜੀਆਂ ਮੀਟਿੰਗਾਂ ਕਰ ਚੁੱਕੀਆਂ 10 11 ਗੇਟ ਦੇ ਚ ਕਰ ਚੁੱਕੀ ਆ ਪਰ ਉਸ ਦੇ ਵੀ ਕੋਈ ਫੈਸਲਾ ਨਹੀਂ ਹੋਇਆ ਤੇ ਅੱਗੇ ਜਾ ਕੇ ਕੋਈ ਹੋ ਸਕਦਾ ਇਹਨਾਂ ਦਾ ਫੈਸਲਾ ਵੇਖੋ ਇਹ ਆ ਵੀ ਸਰਕਾਰ ਜਿਹੜੀਆਂ ਬਹੁ ਕੌਮੀ ਕੰਪਨੀਆਂ ਇਹਨੋਂ ਸਾਰੀਆਂ ਸਿਆਸੀ ਪਾਰਟੀਆਂ ਕੋਈ ਆਰਥਿਕ ਮਤ ਲੈਂਦੀਆਂ ਰਹਿੰਦੀਆਂ ਤੇ ਉਹਨਾਂ ਨੂੰ ਥੋੜੀ ਬਹੁਤੀ ਰਿਵਰਡ ਵੀ ਦਿੰਦੇ ਰਹਿੰਦੀਆਂ ਜੀ ਕੋਈ ਸਬਸਿਡੀ ਦੇਤੀ ਕੋਈ ਹੋਰ ਇਸ ਤਰ੍ਹਾਂ ਕਰਤਾ ਭక్తి ਤੌਰ ਤੇ ਇਹ ਪਹਿਲੀ ਵਾਰ ਹੋਇਆ ਹੈ ਮੋਦੀ ਸਰਕਾਰ ਦਾ ਕਿ ਉਹਨਾਂ ਦੇ ਇਹ ਲੋਕ ਬਿਲਕੁਲ ਹੀ ਠਾਂ ਲੱਗ ਗਏ। ਉਹ ਜਿਵੇਂ ਕਹਿੰਦੇ ਓਵੇਂ ਕਰਦੇ। ਉਸ ਉਹ ਹੋਣ ਨਾਲ ਹੀ ਇਹ ਸਾਰਾ ਹੋਇਆ। ਹੁਣ ਉਹ ਜਿਹੜਾ ਹੈ ਪਿੱਛੋ ਦਵਾਜ ਨੂੰ ਤੇ ਇੰਨਾ ਹੈ। ਵੀ ਉਹ ਰੱਦ ਕਰਨ ਵਾਲੀ ਕਿਸਾਨਾਂ ਦੀ ਮੰਗ ਜਿਹੜੀ ਹੈ ਉਹਦੇ ਵੱਲ ਕੰਨੀ ਨਹੀਂ ਧਰ ਰਹੇ। ਇਸ ਕਰਕੇ ਮੀਟਿੰਗਾਂ ਚ ਚੱਲ ਜਿਹੜਾ ਵਧਿਆ ਚੱਲਿਆ ਲਗਾਤਾਰ ਚੱਲਦਾ ਆ ਰਿਹਾ। ਹਾਂ ਇਸ ਕਰਕੇ ਇਹ ਭਵਿਕ ਵਿੱਚ ਵੀ ਇਹਦਾ ਕੋਈ ਬੋਧਾ ਨਹੀਂ ਨਿਕਲਦਾ ਤੇ ਲੋਕਾਂ ਨੇ ਆਪਣੀ ਲੜਾਈ ਜਾਰੀ ਰੱਖਣੀ ਹੈ। ਜਿੰਨ ਦੀ ਜੱਕੂ ਵੀ ਹੋਵੇ। ਅੱਗੇ ਵੀ ਲੰਮਾ ਚੱਲ ਸਕਦਾ ਤੁਹਾਡੇ ਕਹਿੰਦਾ ਮਤਲਬ ਵੀ ਅੰਦੋਲਨ ਜਿਹੜਾ ਹੋਰ ਵੀ ਲੰਬਾ ਹੋ ਸਕਦਾ ਅੰਦੋਲਨ ਲੰਮਾ ਹੋਣਾ ਸਰਕਾਰ ਦਾ ਨੁਕਸਾਨ ਹੈ ਜੀ ਕਿਉਂਕਿ ਪਹਿਲਾਂ ਦੇਸ਼ ਪੰਜਾਬ ਦੇ ਜਾਂ ਹਰਿਆਣਾ ਰਾਜਸਥਾਨ ਤਿੰਨ ਸਟੇਟਾਂ ਦੇ ਲੋਕ ਹੁਣ ਉਸ ਦੇਸ਼ ਪੱਧਰ ਤੇ ਹੋ ਗਿਆ ਉਸ ਤੋਂ ਇਲਾਵਾ ਮੰਤਰੀ ਪੱਧਰ ਤੇ ਹੋ ਗਿਆ ਜੀ ਹੁਣ ਜਿਹੜੇ ਪੰਜਾਬੀ ਵੱਖ-ਵੱਖ ਦੇਸ਼ਾਂ 'ਚ ਬੈਠੇ ਐ ਹੂੰ ਉਹ ਚਾਹਤ ਨਾਲ ਜੁੜੇ ਹੋਏ ਹਨ ਜਮੀਨਾਂ ਇੱਥੇ ਜਿਆਦਾ ਨੇ ਇੱਥੇ ਕਾਰਵਾਰ ਇੱਥੇ ਹੈ ਤਾਂ ਉਹ ਜਿਹੜੀ ਸਪੋਰਟ ਹੈ ਉੱਥੇ ਬੜੇ ਹੜਤਾਲਾ ਮੁਜਾਰੇ ਵੀ ਹੋ ਰਹੇ ਹੈ ਉੱਥੇ ਜਿਹੜੇ ਦੂਧ ਘਰਾਂ ਅੱਗੇ ਉਹਨਾਂ ਨੇ ਪ੍ਰਦਰਸ਼ਨ ਕੀਤੇ ਹੈ ਕਿ ਉੱਥੇ ਟਰੈਕਟਰ ਮਾਰਚ ਵੀ ਹੋਇਆ ਕਾਰ ਰੈਲੀਆਂ ਵੀ ਨਿਕਲੀਆਂ ਤਾਂ ਇਹਦਾ ਘੇੜਾ ਜਿਹੜਾ ਹੈ ਉਹ ਮੰਤਰੀ ਪੱਧਰ ਤੇ ਹੋ ਗਿਆ ਤਾਂ ਇਹ ਸਰਕਾਰ ਲਈ ਬੜੀ ਕਸੂਤੀ ਸਥਿਤੀ ਹੋਰ ਵਾਲੇ ਦਿਨਾਂ ਜੀ ਬਣ ਜਾਣੀ ਹੈ ਤਾਂ ਇਹਨਾਂ ਨੂੰ ਜ਼ਰੂਰ ਸੋਚਣਾ ਚਾਹੀਦਾ ਇਸ ਬਾਰੇ ਫੋਟੋ ਨਾ ਪੈਣਾ ਜਿਸ ਤਰ੍ਹਾਂ ਸਰਕਾਰ ਨੇ ਸਟੇ ਦੀ ਜਿਹੜੀ ਕਿਸਾਨ ਆਗੂਆਂ ਨਾਲ ਗੱਲ ਕਰੀ ਸੀ ਵੀ ਜਿਹੜੀ ਕਾਨੂੰਨਾਂ ਦੇ ਉੱਤੇ ਤੁਹਾਨੂੰ 1.5 ਸਾਲ ਦੀ ਸਟੇ ਕਰ ਦਿੰਨੇ ਆ ਉਹਨਾਂ ਲਈ ਅੱਗੇ ਪਾ ਦਿੰਨੇ ਆ ਕਿ ਉਹ ਸਹੀ ਹੱਲ ਸੀ ਜਾਂ ਉਹ ਤੋਂ ਕੋਈ ਹੋਰ ਹੋ ਸਕਦਾ ਸਟੇ ਕੋਈ ਹੱਲ ਨਹੀਂ ਹੈ ਅਸਲ ਵਿੱਚ ਕੀ ਹੈ ਇਹ ਸਰਕਾਰਾਂ ਦੀ ਨੀਤੀ ਰਹਿੰਦੀ ਹੈ ਵੀ ਟਾਲਿਆ ਜਾਵੇ ਲੰਬਾ ਕੀਤਾ ਜਾਵੇ ਕਿਸੇ ਵੀ ਸੰਘਰਸ਼ ਨੂੰ ਹੌਲੀ-ਹੌਲੀ ਉਹ ਚ ਕੋ ਕਮਜ਼ੋਰ ਕੜੀਆਂ ਪੈਦਾ ਹੋ ਜਾਂਦੀਆਂ ਤਾਂ ਉਹ ਤੋਂ ਸਰਕਾਰ ਨੂੰ ਲੱਗਦਾ ਵੀ ਸਾਨੂੰ ਫਾਇਦਾ ਹੋ ਜਾਊਗਾ ਜੀ ਪਰ ਲਾਈ ਲੰਡਣ ਵਾਲੇ ਲੋਕਾਂ ਦੀ ਆਪ ਦੀ ਇੱਕ ਸਮਝ ਹੁੰਦੀ ਹੈ ਕਿ ਉਹ ਕਿੰਨੇ ਲੰਬਾ ਹੋ ਜੇ ਉਹਨੂੰ ਇਸ ਦੇ ਇਸ ਤਰ੍ਹਾਂ ਸਰਕਾਰ ਦੇ ਪੰਜਾਬ ਤੇ ਨਾਲ ਉਹਨਾਂ ਰੱਖਿਆ ਹੋਇਆ ਬਾਕੀ ਜਿਹੜੀ ਸਰ ਪੱਖਾਂ ਤੋਂ ਜਿਹੜਾ ਜ਼ਹਿਰ ਮੰਨ ਲਓ ਜੋ 5 ਸਾਲ ਹੁਣ ਢੱਕ ਕੇ ਰੱਖ ਦੋ ਜ਼ਹਿਰੀ ਰਹੂਗੀ ਇਹ ਕੋਈ ਕਾਨੂੰਨਾਂ ਦਾ ਕੋਈ ਇਹਦਾ ਮਲਤਵੀ ਕਰਨਾ ਜਾਂ ਉਹਨੂੰ ਰੱਖ ਇਸ ਤਰ੍ਹਾਂ ਪਾਸੇ ਕਰਨਾ ਕੋਈ ਫਾਇਦਾ ਹੋਣ ਵਾਲੀ ਗੱਲ ਨਹੀਂ ਹੈ ਜਿਵੇਂ ਉਹ ਅਮੈਂਡਮੈਂਟ ਕਹਿੰਦੇ ਸੀ ਅਮੈਂਡਮੈਂਟ ਤਾਂ ਕਰ ਸਕਦੇ ਆ ਜਾਂ ਉਹ ਅਮੈਂਡਮੈਂਟ ਤੋਂ ਬਿਨਾ ਹਾਂ ਹੋਰ ਹੁਣ ਐਮੈਂਡਮੈਂਟ ਕਰਤੀ ਹੈ 1.5 ਸਾਲ ਬਾਅਦ ਜਾਂ 2 ਸਾਲ ਬਾਅਦ ਫਿਰ ਵੀ ਅਮੈਂਡਮੈਂਟ ਕਰ ਸਕਦੇ ਆ ਉਹਦੇ ਵਿੱਚ ਨਹੀਂ ਐਮੈਂਡਮੈਂਟ ਜਿਹੜੀ ਹੈ ਕਿਸਾਨਾਂ ਦੀ ਤਾਂ ਮੰਗ ਹੀ ਬੜੀ ਸਿੱਧੀ ਪੱਧਰੀ ਹੈ ਕਿਉਂਕਿ ਜਿਹੜੀ ਡਿਮਾਂਡ ਹੀ ਇੱਕ ਹੈ ਜੀ ਕਿ ਸੈਂਟਰ ਨੇ ਜਿਹੜਾ ਬਣਾਇਆ ਕਾਨੂੰਨ ਉਹ ਸਰਕਾਰ ਨੂੰ ਰੱਦ ਕਰੇ ਹੁਣ ਮੰਗਣ ਵਾਲੇ ਤਾਂ ਮੰਗਣਾ ਹੀ ਹੈ ਬਿਲਕੁਲ ਜੀ ਇਹ ਤਾਂ ਜਿਹੜੋ ਮੰਗ ਰਹੇ ਆ ਸੋਚਣਾ ਤਾਂ ਉਹ ਨਹੀਂ ਹੈ ਮੇਰਾ ਕੀ ਹੱਲ ਕਰਨਾ ਤੇ ਉਹ ਉਲਟਾ ਸੰਘਾ ਕਿਸਾਨਾਂ ਤੋਂ ਵਾਰ-ਵਾਰ ਪੁੱਛ ਰਹੇ ਆ ਵੀ ਇਹਦਾ ਹੱਲ ਦੱਸੋ ਇਹਦਾ ਹੱਲ ਉਹਨਾਂ ਕੋਲ ਹੱਲ ਕਿਉਂ ਕੋਲ ਮੰਗ ਹੈ ਹਾਂ ਜੀ ਕਿ ਜਿਹੜੇ ਸਾਡੇ ਖਿਲਾਫ ਹੋ ਟੋਟੇਗੇ ਜਿਸ ਤਰ੍ਹਾਂ ਤੁਸੀਂ ਬਣਾਏ ਹੈ ਉਹਨੂੰ ਕਹਣਾ ਰੈਲੀ ਕਿਸੇ ਦੀ ਤੇ ਉਹ ਰੱਦ ਕਰ ਦਿਓ ਗੱਲ ਮੁੱਕੀ ਪਹਿਲਾਂ ਤਾਂ ਉਹ ਕਹਿੰਦੇ ਸੀ ਨਾ ਵੀ ਇਹ ਕਿਸਾਨਾਂ ਲਈ ਸਹੀ ਨੇ ਪਰ ਬਾਅਦ ਦੇ ਵਿੱਚ ਕਾਫੀ ਜਿਹੜੀਆਂ ਗਲਤੀਆਂ ਨਿਕਲੀਆਂ ਤੇ ਉਹ ਮੰਨਣ ਨੂੰ ਵੀ ਤਿਆਰ ਹੋਏ ਨਹੀਂ ਜੀ ਵੇਖੋ ਇਹ ਜਿਹੜਾ ਸਹੀ ਹੋ ਸਕਦੇ ਆ ਪਰ ਵਿੱਚੋਂ ਇਹ ਵੀ ਰਹਿ ਆਇਆ ਜਾਂ ਮਿਸਾਲ ਤੋਂ ਸਾਲਾ ਜਮਾ ਕੇ ਵੇਖ ਲਓ ਜਿਸ ਨੂੰ ਲੱਗਿਆ ਵੀ ਠੀਕ ਨਹੀਂ ਤੇ ਆਪਾਂ ਇਹਨਾਂ ਨੂੰ ਰੱਦ ਕਰ ਦਿਆਂਗੇ ਤਾਂ ਸਾਡੇ ਕੋਈ ਲੀਡਰ ਮਸ਼ੋਮਨ ਕਾਲੀ ਦਲ ਦੇ ਲੀਡਰ ਵੀ ਜੀ ਉਹਨਾਂ ਹੱਕ 'ਚ ਵੀ ਜਿਹੜਾ ਹੈ ਉਹਨਾਂ ਨੇ ਵੋਟ ਵੀ ਪਾਈ ਉਹਨਾਂ ਨੇ ਹੱਕ 'ਚ ਉਹਨਾਂ ਦੇ ਤੇ ਹੁਣ ਵੀ ਸਰਕਾਰ ਦਾ ਹਿੱਸਾ ਬਣੇ ਹੋਏ ਆ ਆਵੇਂ ਮੰਤਰੀ ਮੰਡਲ ਚੋਣਾਂ ਨੇ ਲੈ ਲਿਆ ਬਾਹਰ ਆ ਗਏ ਆ ਤਾਂ ਪਰ ਇਹ ਹੈ ਵੀ ਜਿਹੜਾ ਉਹ ਪ੍ਰਧਾਨ ਨੇ ਸੁਖਵੀਰ ਸਿੰਘ ਬਾਦਲ ਜੀ ਉਹ ਖੇਤੀ ਮੰਤਰੀ ਦੀ ਚਿੱਠੀ ਲੈ ਕੇ ਤੁਰੇ ਫਿਰੇ ਬਿਲਕੁਲ ਵਿਖਾਉਂਦੇ ਰਹੇ ਵਿਧਾਨ ਰਾਮਦੰਦੁਗਣੀ ਹੋ ਜੂਗੀ ਜੀ ਇਹ ਨਕਸਾਨ 받 ਜਾਣਗੇ ਜਦੋਂ ਕਿਸਾਨ ਧਿਰਾਂ ਨੇ ਇਹ ਹੋਰ ਸੂਝਵਾਨ ਲੋਕਾਂ ਨੇ ਦੱਸਿਆ ਵੀ ਇਹ ਮਹਿਜ ਗਿੱਦਰ ਚਿੱਠੀ ਹੈ ਜੀ ਇਹਦਾ ਕੁਝ ਨਹੀਂ ਮੱਟੇ-ਬੱਟੇ ਜਾਣਾ ਤਾਂ ਜਾ ਕੇ ਜਿਹੜੇ ਡੂ ਟਰਨ ਲਿਆ ਉਹਦੋਂ ਨੂੰ ਬਹੁਤ ਦਿਰ ਹੋ ਚੁੱਕੀ ਸੀ ਤੇ ਹੁਣ ਇਹਨਾਂ ਲੀਡਰਾਂ ਦੇ ਥਾ-ਥਾ ਜਿਹੜੇ ਕਾਲੇ ਝੰਡਾ ਨਾਲ ਸਵਾਗਤ ਹੋ ਰਹੇ ਹੈ ਹਾਂ ਕਿਉਂਕਿ ਪ੍ਰੋਸੈਜਰ ਤਾਂ ਖਤਮ ਹੋ ਗਈ ਨਾ ਹਾਂ ਹਾਂ ਉਹਨਾਂ ਨੂੰ ਲੱਗਿਆ ਕਿਸਾਨਾਂ ਨੂੰ ਆਮ ਲੋਕਾਂ ਨੂੰ ਵੀ ਸਾਡਾ ਕੋਈ ਸਵਾਰ ਨਹੀਂ ਸਕਦੇ ਇਸ ਕਰਕੇ ਇਹ ਸਿਲਸਿਲਾ ਸਾਰੇ ਕਾਂਗਰਸ ਨੂੰ ਆਬੀ ਕਾਲੀਆਂ ਨੂੰ ਹੁਣ ਵੀ ਚੱਲੀ ਹੈ ਜੀ ਇੱਕ ਹੋਰ ਜਿਹੜੀ ਆਉਣ ਵਾਲੀਆਂ 2022 ਦੀਆਂ ਚੋਣਾਂ ਉਹਦੇ ਵਿੱਚ ਕੀ ਬਦਲਾਅ ਹੋ ਸਕਦੇ ਨੇ ਜੋ ਕਿਉਂ ਸਾਰੇ ਜਿਹੜੇ ਕਿਸਾਨ ਨੇ ਆਮ ਲੋਕ ਨੇ ਰਾਜਨੀਤਿਕ ਪਾਰਟੀਆਂ ਦਾ ਵਿਰੋਧ ਕਰ ਰਹੇ ਨੇ ਤੁਹਾਡੇ ਖਿਆਲ ਹਾਂ ਇਹ ਬੜੀ ਇੱਕ ਪੰਜਾਬ ਦੇ ਰਾਜਨੀਤਿਕ ਮੰਚ ਤੇ ਜੀ ਇੱਕ ਨਵਾਂ ਵਾਰ ਆ ਸਕਦਾ ਜੀ ਕਿਉਂਕਿ ਜਿਹੜੀਆਂ ਸਿਨਾਰਸ਼ੀਲ ਤੇ ਰਹੇ ਕਿਸਾਨੀ ਨੇ ਉਹਦੇ ਵਿੱਚ ਕੋਸ਼ਿਸ਼ ਹੈ ਜਿਹੜੇ ਚੋਣ ਜਿਹੜਾ ਸਿਸਟਮ ਹੈ ਚ ਵਿਸ਼ਵਾਸ ਨਹੀਂ ਰੱਖਦੇ ਜੀ ਉਹ ਤਾਂ ਉਹਨਾਂ ਦੇ ਬਾਈਕਾਟ ਦੀ ਗੱਲ ਕਰਦੇ ਆ ਉਹ ਸਾਰੀ ਗੱਲ ਪਰ ਉਹ ਬਦਲ ਵੀ ਨਹੀਂ ਕੋਈ ਦੇ ਰਹੇ ਵੀ ਉਹਦਾ ਬਦਲ ਕੀ ਹੋਵੇ ਮੰਨ ਲਓ ਤੁਸੀਂ ਇਹਦਾ ਬਾਈਕਾਟ ਕਰ ਦਿਓ ਸਿਸਟਮ ਦਾ ਹਾਂਜੀ ਹਾਂ ਬਿਨਾਂ ਬਦਲ ਦਾ ਹਾਂ ਉਹਦਾ ਬਾਈ ਕੀ ਬਦਲ ਕੀ ਹੋਵੇ ਹਾਂਜੀ ਹਾਂ ਇਹ ਵੀ ਨਹੀਂ ਉਹ ਦੱਸਦੇ ਉਹ ਐਸਾ ਇਸ ਤਾਕੇ ਥੋੜਾ ਜਿਹਾ ਹੋਰ 골ਮੋਲ ਕਰ ਜਾਂਦੇ ਆ ਪਰ ਇਹਦੇ ਵਿੱਚ ਹੋ ਜਿਵੇਂ ਕਮਿਊਨਿਸਟ ਖੱਬੇ ਨੇ ਤੇ ਰਾਏ ਸੀਬੀਆਈ ਐਸੀਪੀਐਮ ਹਾਂਜੀ ਅਕਾਲੀ ਦਲ ਹੈ ਉਹ ਉਹਦੇ ਵਰਕਰ ਵੀ ਉੱਥੇ ਹੈਗੇ ਆ ਚਲੋ ਲੀਡਰਾਂ ਨੂੰ ਨਹੀਂ ਉਹਨਾਂ ਨੂੰ ਬੋਲਣ ਦਾ ਮੌਕਾ ਦਿੱਤਾ ਉਹਨਾਂ ਦੀ ਆਪਣੀ ਪਾਲਿਸੀ ਸੀ ਕਿਸਾਨਾਂ ਦੀ ਜੀ ਕਿਸ ਤਰ੍ਹਾਂ ਅਸੀਂ ਸਿਆਸੀ ਹਿੱਤਾਂ ਲਈ ਆਪਣੀ ਸਟੇਜ ਨਹੀਂ ਕਿਸੇ ਨੂੰ ਵਰਤਣ ਦਿੰਦੇ ਉਹ ਬੜੇ ਕਾਮਯਾਬ ਰਹੇ ਹੁਣ ਤੱਕ ਉਹ ਜੀ ਤੇ ਦੂਜੀ ਗੱਲ ਇਹ ਆ ਵੀ ਅਕਸਰ ਲੋਕ ਕਿਸੇ ਪਾਸੇ ਜਾਣਗੇ ਹਾਂਜੀ ਹਾਂਜੀ ਕਿਉਂਕਿ ਜਦੋਂ ਮਾਹੌਲ ਬਣਦਾ ਹੈ ਚੋਣਾਂ ਦਾ ਹਾਂ ਤਾਂ ਉਹਨਾਂ ਕਿਸੇ ਨਾ ਕਿਸੇ ਪਾਸੇ ਵਹਾ ਹੁਣਾ ਹੀ ਹੈ ਪਰ ਹੁਣ ਦੇਖਣਾ ਇਹ ਹੈ ਵੀ ਜਿਹੜੀ ਹੈ ਕਿਸਾਨੀ ਜਿਹੜੀ ਲੀਡਰਸ਼ਿਪ ਹੈ ਉਸ ਨੂੰ ਇਹ ਸਾਰੀ ਗੱਲ ਨੂੰ ਕਿਵੇਂ ਮੋਲਡ ਕਰਦੀ ਹੈ ਕਿਵੇਂ ਪੰਜਾਬ ਦੇ ਖੇਤ ਵਿੱਚ ਬਦਲਦੀ ਹੈ ਆਮ ਲੋਕਾਂ ਦੀ ਗਰਾਊਂਡ ਲੈਵਲ ਤੇ ਇਹ ਜ਼ਰੂਰ ਮੰਗ ਹੈ ਵੀ ਵਿਧਾਨ ਸਭਾ ਜਾਂ ਹੋਰ ਸੰਸਥਾਵਾਂ ਵਿੱਚ ਵੀ ਉਹਨਾਂ ਦੇ ਵਿੱਚ ਜਿਹੜਾ ਹੈ ਸਾਡੀ ਸਮੂਲੀਅਤ ਹੋਵੇ ਹੁਣ ਆਪਾਂ ਕਿਸੇ ਬਾਹਰ ਐਮਐਲਏ ਮੰਗ ਪੱਤਰ ਦੰਨੇ ਆ ਤਾਂ ਅੰਦਰ ਹੀ ਸਾਡੇ ਬੰਦੇ ਹੋਣ ਨਰੀ ਜੀ ਇਸ ਪੱਲੇ ਆਪਣੇ ਖੇਤਰ ਦੀ ਗੱਲ ਕਰਨ ਹਾਂਜੀ ਹਾਂ ਤੇ ਇਸ ਪਾਸੇ ਗੋ ਗੱਲ ਚੱਲ ਸਕਦੀ ਹੈ ਤਾਂ ਚੰਗੀ ਗੱਲ ਹੈ ਜੀ ਆਉਣ ਵਾਲੇ ਸਮੇਂ ਚ ਕੌਮਨਿਟੀ ਕਾਂ ਅਰਬੇਤੀ ਪਾਰਟੀਆਂ ਉਹਦੀ ਵਿਸ਼ਵਾਸਯੋਗਤਾ ਤਕਰੀਬਨ ਹੀ ਖਤਮ ਕਰ ਚੁੱਕੀਆਂ ਹੁਣ ਲੋਕਾਂ ਨੂੰ ਯਕੀਨ ਨਹੀਂ ਰਿਹਾ ਲੋਕਾਂ ਨੂੰ ਇਹ ਰਿਹਾ ਕਿ ਆਪਦੇ ਘਰ ਪਾਰ ਤੋਂ ਬਣਾਇਨਾ ਨੇ ਕੁਝ ਨਹੀਂ ਕਰਿਆ ਉਹ ਹੁਣ ਵੀ ਇਸ ਕੰਮ ਤੇ ਲੱਗੇ ਹੋਏ ਐ ਤਾਂ ਲੋਕਾਂ ਨੂੰ ਇਸ ਆਸ ਹੈਗੀ ਹੈ ਵੀ ਕੋਈ ਨਾ ਕੋਈ ਇਹਦਾ ਹੱਲ ਨਿਕਲੇ ਤਾਂ ਇਹ ਬਦਲਾਅ ਆ ਸਕਦਾ ਹੈ ਬਹੁਤ ਵੱਡੀ ਪੱਧਰ ਤੇ ਔਰ ਚੰਗੀ ਜਿਹੜੀ ਸਰਕਾਰ ਵੀ ਬਣ ਸਕਦੀ ਹੈ ਤੇ ਲੋਕਾਂ ਦਾ ਭਲਾ ਵੀ ਹੋ ਸਕਦਾ ਜਿਵੇਂ ਅੱਜ ਦੇ ਲਾਸਟ ਸਵਾਲ ਹੈ ਮੇਰਾ ਜਿਹੜਾ ਅੱਜ ਦੇ ਸੰਘਰਸ਼ ਇੱਥੇ ਟਰੈਕਟਰ ਮਾਰਚ ਕੀਤਾ ਗਿਆ ਕਿਸਾਨਾਂ ਬਣੀਓ ਉਹਦੇ ਵਿੱਚ ਕਾਫੀ ਜਿਹੜੀ ਅਥਰੂ ਗੈਸ ਦੇ ਗੋਲੇ ਵੀ ਚਲਾਏ ਗਏ ਆ ਭੰਨ ਤੋੜ ਵੀ ਹੋਈ ਆ ਲਾਲ ਕਿਲੇ ਤੇ ਜਿਹੜਾ ਕੇਸਰੀ ਝੰਡਾ ਵੀ ਲਹਿਰਾਇਆ ਗਿਆ ਜੀ ਤੇ ਜਿਹੜੀ ਕਾਫੀ ਕਿਸਾਨਾਂ ਦੀ ਜਿਹੜੀ ਮੌਤ ਵੀ ਹੋ ਚੁੱਕੀ ਆ ਉਹ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਇਹ ਤਾਂ ਕਾਫੀ ਸਮੇਂ ਤੋਂ ਬੜੀ ਚਿੰਤਾ ਵਾਲੀ ਗੱਲ ਸੀ ਕਿ ਜਿਹੜਾ ਅ ਬੜਾ ਐਲਾਨ ਨਹੀਂ ਆ ਜਿਹੜੀ ਕਿਸਾਨ ਲੀਡਰਸ਼ਿਪ ਹੈ ਉਹ ਕਹਿੰਦੇ ਸਾਡਾ ਸੰਘਰਸ਼ ਬੜਾ ਸ਼ਾਂਤਮਈ ਔਰ ਬੜਾ ਅਨੁਸ਼ਾਸਨ ਚੱਲ ਰਿਹਾ ਸੀ ਹੁਣ ਤੱਕ ਤਾਂ ਇਹ ਕੋਸ਼ਿਸ਼ ਸ਼ਕਤੀਆਂ ਇਹ ਸੀਗੇ ਲੋਕ ਪਹਿਲਾਂ ਤੋਂ ਸਰਗਰਮ ਸੀਗੇ ਇਸ ਤਰ੍ਹਾਂ ਹੀ ਉਹ ਆਪ ਦੀ ਗੱਲ ਉਹ ਜਿਹੜੀ ਕਰਦੇ ਰਹਿੰਦੇ ਸੀ ਤਾਂ ਉਹ ਏਜੰਸੀਆਂ ਦੇ ਸੀ ਕਾਹਦੇ ਸੀ ਕੀ ਸੀ ਉਹਨਾਂ ਦਾ ਨੋਟਿਸ ਕੀ ਸੀ ਕੋਈ ਨਹੀਂ ਪਤਾ ਪਰ ਉਹ ਗਾਇਬ ਗਾਹੇ ਇਸ ਤਾਕ ਚ ਰਹਿੰਦੇ ਸੀ ਜੀ ਵੀ ਇਹ ਜਿਹੜੀ ਸਿਸਟਮ ਚੱਲ ਰਿਹਾ ਹੈ ਕਿਸਾਨਾਂ ਦਾ ਇਹਨੂੰ ਭੰਗ ਕੀਤਾ ਜਾਵੇ ਤਾਂ ਜੋ ਮਸਲਾ ਹੈ ਅਮਨ ਕਾਨੂੰਨ ਦਾ ਬਣ ਜੇ ਜਦੋਂ ਕੋਈ ਮਸਲਾ ਅਮਨ ਕਾਨੂੰਨ ਦਾ ਬਣ ਜੇ ਇਹਨੂੰ ਸਰਕਾਰ ਨੂੰ ਫਿਰ ਦਗਾਉਣਾ ਸੌਖਾ ਹੋ ਜਾਂਦਾ ਕਿਉਂਕਿ ਮੁੱਖ ਮੁੱਦੇ ਤੋਂ ਗੱਲ ਭਟਕ ਜਾਂਦੀ ਹੈ ਤੇ ਉਹ ਅਮਨ ਕਾਨੂੰਨ ਤੇ ਹੋ ਜਾਂਦੇ ਆ ਫਿਰ ਉਹ ਪੁਲਿਸ ਨੂੰ ਕਹਿੰਦੇ ਵੀ ਤੁਸੀਂ ਪੁਲਿਸ ਦਾ ਕੰਮ ਰਹਿ ਗਿਆ ਕੰਟਰੋਲ ਕਰਨਾ ਤੇ ਉਹ ਉਹਨਾਂ ਬੰਦਿਆਂ ਨੇ ਅੱਜ ਵੀ ਉੱਥੇ ਜਿਹੜਾ ਹੈ ਕੋਈ ਇਸ ਤਰ੍ਹਾਂ ਦੀਆਂ ਆਪਹੁਦਰੀਆਂ ਕਾਰਵਾਈਆਂ ਕੀਤੀਆਂ ਤੇ ਕਿਸਾਨਾਂ ਦਾ ਜਾਂ ਕਿਸਾਨ ਜੱਥੇਬੰਦੀਆਂ ਦਾ ਤਾਂ ਉਹੀ ਪ੍ਰੋਗਰਾਮ ਸੀਗਾ ਜਿਹੜਾ ਬਿਲਕੁਲ ਅਨੁਸ਼ਾਸਨ ਢੰਗ ਨਾਲ ਔਰ ਪੁਲਿਸ ਪ੍ਰਸ਼ਾਸਨ ਨੂੰ ਪਰੋਸੇ ਚ ਲੈ ਕੇ ਉਹਨੇ ਸਾਡਾ ਰੂਟ ਪਲਾਨ ਬਣਾਇਆ ਸੀ ਉਸ ਅਨੁਸਾਰ ਹੀ ਚੱਲੇ ਆ ਤਾਂ ਇਸ ਤਰ੍ਹਾਂ ਜਿਹੜੀ ਕੋਈ ਛੋਟੀ ਮੋਟੀ ਕੰਸਕਟਰਾਮਾ ਹੋਈਆਂ ਇਹ ਆਮ ਮਾਰੇ ਲੋਕ ਜਿਹੜੇ ਆ ਜਿਨ੍ਹਾਂ ਦਾ ਅਨੁਸ਼ਾਸਨ ਨਾਲ ਜਾਂ ਕਿਸਾਨੀ ਮੰਗਾ ਨਾਲ ਜਾਂ ਸੰਘਰਸ਼ ਨਾਲ ਕੋਈ ਸਬੰਧ ਨਹੀਂ ਹੈ ਤਾਂ ਉਹਦੇ ਨਤੀਜੇ ਇਸ ਤਰ੍ਹਾਂ ਸਾਹਮਣੇ ਆਉਂਦੀ ਹੈ ਕਹਿੰਦਾ ਭਾ ਉਹ ਜਿਹੜੇ ਹੁੱਲੜਬਾਜ਼ ਜਾਂ ਕੋਈ ਹੋਰ ਵੀ ਖਰਾਬ ਅੰਦੋਲਨ ਖਰਾਬ ਕਰਨ ਵਾਲੇ ਵਿਅਕਤੀਆਂ ਕੋਲ ਨੂੰ ਜਿਹੜਾ ਕੀਤਾ ਗਿਆ ਬਿਲਕੁਲ ਬਿਲਕੁਲ ਕਿਉਂਕਿ ਕਹਿੰਦਾ ਬੜਾ ਪਤਾ ਪ੍ਰੀਪਲਾਨ ਪ੍ਰੋਗਰਾਮ ਸਿੰਘ ਜਨਾਬ ਬਾਰ ਬਾਰ ਸਪਾਸਟ ਕੀਤਾ ਵੀ ਲਾਲ ਕਿਲੇ ਤੇ ਕੁਝੰਡਾ ਲੈ ਰੋਣਾ ਜਾਂ ਕਿਤੇ ਕਬਜ਼ਾ ਕਰਨਾ ਸਾਡਾ ਕੋ ਮਨੋਰਥ ਨਹੀਂ ਹੈ ਸ਼ਾਂਤਮਈ ਹੋਣਾ ਸਰ ਬਿਲਕੁਲ ਸਾਡਾ ਕੋ ਮਨੋਰਥ ਹੀ ਨਹੀਂ ਹੈ ਸਟਾਫ ਦਾ ਜਿਹੜਾ ਦਬਾਅ ਬਣਾਉਣਾ ਹੈ ਇੱਕ ਜਿਹੜਾ ਆਪਣੀ ਗੱਲ ਨੂੰ ਕਮਾਂਡ ਜਿਹੜਾ ਹੈ ਕੌਮੀ ਪੱਧਰ ਤੇ ਮੰਤਰੀ ਪੱਧਰ ਤੇ ਲੈ ਕੇ ਜਾਣਾ ਉਹਨਾਂ ਕੋ ਮਨੋਰਥ ਹੀ ਨਹੀਂ ਹੈ ਜੀ ਬਹੁਤ ਬਹੁਤ ਧੰਨਵਾਦ ਗੱਲਬਾਤ ਕਰਨ ਦੇ ਲਈ ਸ਼ੁਕਰੀਆ ਤੁਹਾਡਾ ਬਹੁਤ ਧੰਨਵਾਦ ਅਸੀਂ ਸਾਡੇ ਨਾਲ ਜਿਹੜੇ ਅਮਰਜੀਤ ਸਿੰਘ ਸਿੱਧੂ ਜੀ ਪੱਤਰਕਾਰ ਜੀ ਨਾ ਥਾਣੇ ਤੋਂ ਤੇ ਅੱਗੇ ਵੀ ਤੁਹਾਨੂੰ ਨਾਲ ਗੱਲਬਾਤ ਕਰਦੇ ਰਵਾਂਗੇ ਧੰਨਵਾਦ ਕੁਦਰ ਨਿਊਜ਼ਪੋਰਟ ਦੇਖਣ ਦੇ ਲਈ